ये है आपका अपना सब रंग 94.7 FM। जी बिल्कुल बिल्कुल डॉक्टर साहब, तुहाडे अपने अदारे जिस नाल तुसीं लम्मा समां 15-17 वरे काम कीता, पीजी देश दा पहला जिहा हस्पताल बन गया जिथे मरीजां दे शरीर दे विच गंभीर लाग दा पता लगण दे विच हुण सिर्फ 2 घंटे लगे करनगे। पीजी दे इनफेक्शन विभाग दी तरफों जिहड़ा हैगा इक इनफेक्शन दा पता लाउण दे लई पैट स्कैन मशीन दी वरतों शुरू कर दित्ती है। न्यूक्लियर विभाग वल्लों जिहड़ी नवीं खोज है उस दे विच दस्सिया गया कि 200 तों वध ਮਰੀਜ਼ਾਂ ਦਾ ਸਫਲ ਤਜਰਬਾ ਕੀਤਾ ਗਿਆ। ਮਰੀਜ਼ ਦੇ ਸਰੀਰ ਦੇ ਵਿੱਚ ਲਾਗ ਦਾ ਪਤਾ ਲਾਉਣ ਦੇ ਲਈ ਇਸ ਤੋਂ ਪਹਿਲਾਂ 24 ਘੰਟੇ ਲੱਗਦੇ ਸੀ। ਇਹ ਨਿਊਕਲੀਅਰ ਵਿਭਾਗ ਦੇ ਡਾਕਟਰ ਅਨੀਸ਼ ਭੱਟਾਚਾਰੀਆ ਤੁਸੀਂ ਸ਼ਾਇਦ ਜਾਣਦੇ ਹੋਵੋ, ਸ਼ਾਇਦ ਤੁਹਾਡੇ ਟਾਈਮ ਦੇ ਹੋਣ। ਉਹਨਾਂ ਨੇ ਇਸ ਤਕਨੀਕ ਦੇ ਰਾਹੀਂ ਮਰੀਜ਼ ਦੇ ਸੈੱਲ ਦੇ ਵਿੱਚੋਂ ਜਿਹੜੇ ਇੱਕ ਸਿਰਿੰਜ ਦੇ ਰਾਹੀਂ 40 mm ਖੂਨ ਲਿਆ ਜਾਂਦਾ ਤੇ ਇਸ ਤੋਂ ਬਾਅਦ 2 ਚਿੱਟੇ ਸੈੱਲ ਅਲੱਗ ਕਰਕੇ ਸਰੀਰ ਦੇ ਵਿੱਚ ਟੀਕੇ ਰਾਹੀਂ ਅੰਦਰ ਭੇਜ ਦਿੱਤੇ ਜਾਂਦੇ ਨੇ। ਇਹ ਸੈੱਲ ਮਰੀਜ਼ ਦੇ ਸਰੀਰ ਦੇ ਉਸ ਹਿੱਸੇ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਲਾਗ ਹੁੰਦੀ ਹੈ। ਸੋ ਇਹਨਾਂ ਸੈੱਲਾਂ ਨੂੰ ਪੈਟ ਸਕੈਨ ਦੇ ਰਾਹੀਂ ਦੇਖਿਆ ਜਾਂਦਾ ਹੈ। ਇਸ ਤਕਨੀਕ ਦੇ ਵਿੱਚ ਪ੍ਰੋਫੈਸਰ ਅਨੀਸ਼ ਭੱਟਾਚਾਰੀਆ ਵੱਲੋਂ ਇਹ ਖੋਜ ਕੀਤੀ ਗਈ ਹੈ। ਇਸ ਨੂੰ ਮੈਡੀਕਲ ਜਰਨਲ ਦੇ ਵਿੱਚ ਵੀ ਛਾਪਿਆ ਗਿਆ ਸੀ। ਸੋ ਭੱਟਾਚਾਰੀਆ ਨੇ ਇਹ ਜਾਣਕਾਰੀ ਦਿੱਤੀ ਕਿ ਨਵੀਂ ਤਕਨੀਕ ਤੇ ਕੋਈ ਵੀ ਖਰਚ ਨਹੀਂ ਆਇਆ, ਜਦੋਂ ਕਿ ਲੈਬੋਰਟਰੀ ਟੈਸਟ ਰਾਹੀਂ ਲਾਗ ਦਾ ਪਤਾ ਲਾਉਣ ਦੀ ਫੀਸ 6,000 ਕਰੀਬ ਰੱਖੀ ਗਈ ਹੈ। ਜਾਣੀ ਕਿ ਇਸ ਦਾ ਵੀ ਹੈ ਜਿਹੜਾ ਕਿ ਜਿਹੜੀ ਨਵੀਂ ਤਕਨੀਕ ਹੈ ਜਿਹੜੀ 2 ਘੰਟੇ ਦੇ ਵਿੱਚ ਲਾਗ ਦਾ ਪਤਾ ਲਾਏਗੀ, ਇਸ ਦਾ ਜਿਹੜਾ ਹੈਗਾ ਲੈਬੋਰਟਰੀ ਟੈਸਟ ਰਾਹੀਂ ਲਾਗ ਦਾ ਜਿਹੜਾ ਪਤਾ ਲਾਉਣ ਦੀ ਫੀਸ 6,000 ਰੁਪਏ ਸੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਇਹ ਤਰੱਕੀਆਂ ਦਰ ਤਰੱਕੀਆਂ ਹੋ ਰਹੀਆਂ ਨੇ, ਸੋ ਉਸ ਦੀ ਬਾਬਤ ਅਗਰ ਦੇਖਿਆ ਜਾਵੇ ਤਾਂ ਹੋਰ ਜਿਸ ਤਰ੍ਹਾਂ ਤੁਹਾਡੀ ਐਡਵਾਂਸ ਜੈਨਮਿਕ ਹੈ ਜਿਸ ਦੇ ਮੁਤਾਬਕ ਤੁਸੀਂ ਇਹ ਦੱਸ ਰਹੇ ਹੋ ਕਿ ਇਸ ਦੇ ਵਿੱਚ ਅਗਾਉਂ ਹੀ ਪਤਾ ਲੱਗ ਜਾਂਦਾ ਕਿ ਤੁਹਾਡੇ ਸਰੀਰ ਦੇ ਵਿੱਚ ਇਸ ਚੀਜ਼ ਦੀ ਡੈਫੀਸ਼ੈਂਸੀ ਹੈ, ਘਾਟ ਹੈ, ਇਹਨਾਂ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ। ਉਸ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਕਿੰਨਾ ਕੁ ਸਮਾਂ ਲੱਗਦਾ ਹੈ? ਇੱਕ ਵਾਰੀ ਮਸਲਨ ਕਿਸੇ ਸਰੀਰ ਨੂੰ ਲਾਗ ਬਹੁਤ ਲੱਗਦੀ ਹੈ ਤਾਂ ਉਸ ਨੂੰ ਦਰੁਸਤ ਕਰਨ ਦੇ ਲਈ ਅਗਰ ਇੱਕ ਵਾਰੀ ਤੁਹਾਡੇ ਵੱਲੋਂ ਰੈਫਰ ਕੀਤੀ ਹੋਈ ਜਿਹੜੀ ਮੈਡੀਸਨ ਲੈਣ ਤੋਂ ਬਾਅਦ ਕੀ ਦੁਬਾਰਾ ਵੀ ਜ਼ਿੰਦਗੀ ਦੇ ਵਿੱਚ ਕਦੇ ਉਸ ਨੂੰ ਦਰੁਸਤ ਕਰਨ ਦੇ ਲਈ ਦੁਬਾਰਾ ਮੈਡੀਸਨ ਦੀ ਜ਼ਰੂਰਤ ਪੈਂਦੀ ਹੈ, ਜਾਂ ਇੱਕੋ ਵਾਰੀ ਟਰੇਸ ਹੋਣ ਤੋਂ ਬਾਅਦ ਉਹਨਾਂ ਜਿਹੜੇ ਕਮਜ਼ੋਰ ਸੈੱਲ ਨੇ ਉਹ ਸਮਰੱਥ ਹੋ ਜਾਂਦੇ ਨੇ, ਸ਼ਕਤੀਸ਼ਾਲੀ ਹੋ ਜਾਂਦੇ ਨੇ? ਜੀ ਡਾਕਟਰ ਨਿਸ਼ਾ ਡੋਗਰਾ ਜੀ। ਜੀ ਤਿਵਾਨਾ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਮੈਂ ਕਹਿੰਦੀ ਹਾਂ ਕਿ ਜਿੰਨੇ ਵੀ ਸੁਣਨੇ ਵਾਲੇ ਨੇ ਉਹਨਾਂ ਨੂੰ ਜ਼ਰੂਰ ਇਨਫੋਰਮੇਸ਼ਨ ਮਿਲੇਗੀ, ਜਾਣਕਾਰੀ ਕਿ ਜਿਹੜੀ ਤੇ ਜਿਹੜੀ ਟੈਸਟਿੰਗ ਹੁੰਦੀ ਹੈ ਉਹ ਤੇ ਇੱਕ ਵਾਰੀ ਹੁੰਦੀ ਹੈ ਟੈਸਟਿੰਗ, ਤੇ ਵਾਰ ਵਾਰ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੇ ਇੱਕ ਵਾਰੀ ਕਰਾ ਕੇ ਤੁਹਾਡੇ ਅੰਦਰ ਦੀ ਫਾਊਂਡੇਸ਼ਨ ਜਿਹੜੀ ਹੈ ਜਾਂ ਨੀਂਹ ਜਿਹੜੀ ਹੈ ਕਿੰਨੀ ਸਟਰੋਂਗ ਹੈ ਜਾਂ ਕਿਹੜੇ ਕਿਹੜੇ ਵੀਕ ਪੁਆਇੰਟ ਨੇ ਇਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਨੰਬਰ 2, ਇੱਕ ਹੁੰਦਾ ਕਿ ਅਸੀਂ ਇਹ ਦੇਖ ਲੈਂਦੇ ਹਾਂ ਕਿ ਜਿਹੜੇ ਜਿਹੜੇ ਤੁਸੀਂ ਖਾਣਾ ਪ੍ਰੈਜੈਂਟਲੀ ਖਾਂਦੇ ਪਏ ਹੋ ਇਹਨਾਂ ਵਿੱਚ ਕਿਹੜਾ ਤੁਹਾਨੂੰ ਨੁਕਸਾਨ ਕਰਦਾ ਪਿਆ ਜਾਂ ਕਿਹੜਾ ਤੁਹਾਨੂੰ ਇਹਦਾ ਫਾਇਦਾ ਦਿੰਦਾ ਪਿਆ, ਜਾਂ ਤੁਹਾਡੀ ਸਰੀਰ ਦੇ ਮੁਤਾਬਿਕ ਤੁਹਾਨੂੰ ਜਾਂ ਅੰਦਰ ਬਾਡੀ ਸਿਸਟਮ ਦੇ ਮੁਤਾਬਿਕ ਤੁਹਾਨੂੰ ਕਿਹੜਾ ਖਾਣਾ ਤੁਸੀਂ ਸਹੀ ਖਾਣਾ ਚਾਹੀਦਾ ਔਰ ਕਿਹੜੇ ਟਾਈਮ ਖਾਣਾ ਚਾਹੀਦਾ। ਇਹ ਜਿਹੜਾ ਨਾ ਇਹ ਇੰਪੋਰਟ ਕਹਿੰਦੇ ਨੇ ਕਿ ਇਹ ਸਾਨੂੰ ਲਾਈਫ ਲੌਂਗ ਤੱਕ ਇਹ ਸਾਨੂੰ ਫਾਇਦਾ ਇਹਦਾ ਹੋਏਗਾ, ਕਿਉਂਕਿ ਅੱਜ ਤੱਕ ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਨੂੰ ਅਸੀਂ ਸੋਚਦੇ ਸੀ ਇਹ ਹੈਲਦੀ ਖਾਣਾ ਹੈ, ਲੇਕਿਨ ਇਹਦੇ ਅਕੋਰਡਿੰਗਲੀ ਜਿਹੜੇ ਤੁਸੀਂ ਮੈਨੂੰ ਦੱਸਿਆ ਜੇ ਅਕੋਰਡਿੰਗਲੀ ਤੇ ਅਸੀਂ ਤੇ ਕੁਛ ਵੀ ਨਹੀਂ ਖਾਂਦੇ ਪਏ ਸੀ, ਸਾਨੂੰ ਪਤਾ ਨਹੀਂ ਕਿ ਇਹ ਚੀਜ਼ਾਂ ਹੈ ਨੇ ਜ਼ਰੂਰੀ, ਕਿਉਂਕਿ ਕਈ ਵਾਰੀ ਸਾਡੇ ਮਿੱਥ ਹੁੰਦੇ ਨੇ ਕਿ ਅਸੀਂ ਦਿਮਾਗ 'ਚ ਜਾਂ ਪੇਰੈਂਟਸ ਤੋਂ ਜਾਂ ਜੋ ਵੀ ਕੈਚ ਕੀਤਾ ਹੁੰਦਾ ਸਾਨੂੰ ਇਹ ਸੋਚਣੇ ਕਿ ਚੀਜ਼ ਹੈਲਦੀ ਹੈ ਤੇ ਇਹੋ ਹੀ ਖਾਣੀ ਹੈ ਔਰ ਦੂਜੀਆਂ ਜਾਂ ਤੀਜੀਆਂ ਚੀਜ਼ਾਂ ਅਸੀਂ ਦੇਖਦੇ ਨਹੀਂ, ਉਹੀ ਜਾਂਦੇ ਹਾਂ ਉਹੀ ਖਾਣੇ ਹਾਂ ਰੈਗੂਲਰਲੀ। ਤੇ ਹੋਰ ਵੀ ਜਿਹੜੀ ਮਤਲਬ ਮੇਨ ਬਾਡੀ ਦੇ ਅੰਦਰ ਕਿਹੜੀਆਂ ਚੀਜ਼ਾਂ ਚਾਹੀਦੀਆਂ ਉਹਦੀ ਜਾਣਕਾਰੀ ਸਾਨੂੰ ਨਹੀਂ ਆਉਂਦੀ ਔਰ ਜਿਸਲੇ ਐਡਵਾਂਸ ਜੀਨੋਮਿਕਸ ਜਿਹੜੇ ਪ੍ਰੀਵੈਂਸ਼ਨ ਪ੍ਰੋਗਰਾਮ ਜੁਆਇਨ ਕਰਦੇ ਨੇ ਉਸਲੇ ਉਹਨਾਂ ਦੇ ਇੱਕ ਤੇ ਦਿਮਾਗ 'ਚ ਕਾਫੀ ਇੱਕ ਫਿਲਟਰ ਲੱਗ ਜਾਂਦਾ ਕਿਹੜੀਆਂ ਚੀਜ਼ਾਂ ਮੇਰੇ ਵਾਸਤੇ ਫਾਇਦੇਮੰਦ ਨੇ ਔਰ ਕਿਹੜੀਆਂ ਮੇਰੇ ਵਾਸਤੇ ਨੁਕਸਾਨਦੇਹ ਨੇ। ਸੋ ਉਹ ਜੇ ਉਹ ਫਾਲੋ ਕਰਨ ਤਾਂ ਆਹਿਸਤਾ ਉਹ ਇੱਕ ਲਾਈਫ ਸਟਾਈਲ ਉਹਨਾਂ ਦਾ ਬਣ ਜਾਂਦਾ। ਸ਼ੁਰੂ 'ਚ ਲੱਗਦਾ ਕਿ ਮੈਂ ਡਿਫਰੈਂਟ ਚੀਜ਼ ਖਾਂਦਾ ਪਿਆ, ਲੇਕਿਨ ਆਹਿਸਤਾ ਉਹਦੀ ਲਾਈਫ ਸਟਾਈਲ ਬਣ ਜਾਂਦਾ ਔਰ ਉਹ ਫਿਰ ਅੱਗੇ ਉਹੋ ਹੀ ਫਿਰ ਜਿਸ ਤਰ੍ਹਾਂ ਲੇਡੀਜ਼ ਨੇ ਘਰ 'ਚ ਉਹੋ ਹੀ ਚੀਜ਼ਾਂ ਬਣਾਉਣੀਆਂ ਜਾਂ ਬੱਚਿਆਂ ਨੂੰ ਉਹੀ ਦੇਣੀਆਂ ਜਾਂ ਬੱਚੇ ਦੇ ਟਿਫਨ ਵਿੱਚ ਜਾਂ ਹਸਬੈਂਡ ਨੂੰ ਉਹੀ ਦੇਣੀਆਂ, ਫਿਰ ਇੱਕ ਘਰ ਵਿੱਚ ਇੱਕ ਹੈਲਦੀ ਜਿਹਾ ਇਨਵਾਇਰਮੈਂਟ ਬਣ ਜਾਂਦਾ ਤੇ ਉਹ ਫਿਰ ਉਹ ਲਾਈਫ ਲੌਂਗ ਵੀ ਚੱਲਦਾ। ਔਰ ਦੂਸਰਾ ਇਹ ਕਿ ਜਿਸਲੇ ਉਹਨਾਂ ਨੂੰ ਬਿਮਾਰੀਆਂ ਦੀ ਅੰਦਰ ਜਾਣਕਾਰੀ ਮਿਲਦੀ ਹੈ ਕਿ ਇਹ ਮੇਰੀ ਬਾਡੀ ਨੂੰ ਇੰਨਾ ਨੁਕਸਾਨ ਕਰਦੇ ਪਏ, ਖਾਸ ਕਰ ਜਿਹੜੇ ਕਿ ਦਾਰੂ ਪੀਂਦੇ ਨੇ ਉਹ ਜਿਸਲੇ ਦੇਖਦੇ ਨੇ ਕਿ ਜਿਵੇਂ ਪੂਰੀ ਟੈਸਟਿੰਗ ਦੀ ਰਿਪੋਰਟ ਆਉਂਦੀ ਹੈ ਤੇ ਜਿਸਲੇ ਉਹ ਆਪਣੀ ਬਾਡੀ ਦੇ ਅੰਦਰੋਂ ਪੂਰਾ ਚੈੱਕਅਪ ਹੋਏਗਾ ਜਿਹੜਾ ਦੇਖਦੇ ਨੇ ਤੇ ਉਸਨੇ ਉਹ ਦਿਮਾਗ 'ਚ ਸੋਚਦੇ ਨੇ ਕਿ ਇਹ ਜਿਹੜਾ ਮੈਂ ਦਾਰੂ ਪੀਂਦਾ ਪਿਆ
ਇਹਦੇ ਨਾਲ ਮੇਰੇ ਹਾਰਟ ਇੰਨਾ ਨੁਕਸਾਨ ਹੁੰਦਾ ਪਿਆ, ਮੇਰੀ ਬਾਡੀ ਦੇ ਕਿਡਨੀਆਂ 'ਚ ਇੰਨਾ ਨੁਕਸਾਨ ਹੁੰਦਾ ਪਿਆ, ਜਾਂ ਮੇਰਾ ਲਿਵਰ ਇੰਨਾ ਖਰਾਬ ਹੁੰਦਾ ਪਿਆ, ਜਾਂ ਅਲੱਗ ਅਲੱਗ ਜਿਹੜੀ ਤਕਲੀਫਾਂ ਨੇ, ਇਹ ਦਾ ਜ਼ਿਆਦਾਤਰ ਜਿਹੜੀ ਕੰਟਰੀਬਿਊਸ਼ਨ ਹੈ ਇਹ ਦਾਰੂ ਦੇ ਨਾਲ ਹੁੰਦੀ ਹੈ। ਤੇ ਫਿਰ ਜਾਣ ਬੁੱਝ ਕੇ ਤੇ ਜ਼ਹਿਰ ਕੋਈ ਨਹੀਂ ਖਾਂਦਾ, ਤੇ ਬਹੁਤ ਸਾਰੇ ਜਿਹੜੇ ਨੇ ਉਹ ਛੋੜ ਵੀ ਦਿੰਦੇ ਜਾਂ ਘਟਾ ਦਿੰਦੇ ਕਿ ਇਹ ਮੇਰੀ ਬਾਡੀ 'ਚ ਇੰਨਾ ਨੁਕਸਾਨ ਕਰਦੀ ਪਈ ਹੈ। ਸੋ ਇੱਕ ਇਹ ਅਸੀਂ ਕਹਿੰਦੇ ਕਿ ਐਡਵਾਂਸ ਜੀਨੋਮਿਕਸ ਹੈ, ਇੱਕ ਹਰ ਇੱਕ ਦੇ ਲਾਈਫ 'ਚ ਜਿਹੜੇ ਜੁਆਇਨ ਕਰਦੇ ਨੇ, ਇੱਕ ਟਰਨਿੰਗ ਪੁਆਇੰਟ ਹੈ ਕਿ ਬਿਮਾਰੀਆਂ ਕੋਲੋਂ ਜਿਹੜੀ ਸਿਹਤਮੰਦ ਪਾਸੇ ਜਿਹੜਾ ਆਉਣਾ ਹੈ, ਇੱਕ ਪੈਰਾਡਾਈਮ ਸ਼ਿਫਟ ਵੀ ਕਹਿ ਦਿੰਦੇ ਹਾਂ ਕਿ ਇੱਕ ਟਰਨਿੰਗ ਪੁਆਇੰਟ ਹੈ ਕਿ ਉਹ ਫਿਰ ਅੰਦਰ ਜਿਹੜੀ ਅਵੇਅਰਨੈਸ ਹੋ ਜਾਂਦੀ ਹੈ, ਇੱਕ ਸੈਲਫ ਅਵੇਕਨਿੰਗ ਹੋ ਜਾਂਦੀ ਹੈ, ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੀਆਂ ਬਿਮਾਰੀਆਂ ਮੇਰੀ ਬਾਡੀ 'ਚ ਬਣਦੀ ਪਈਆਂ ਸੀ, ਕਿਉਂ ਬਣਦੀ ਪਈਆਂ ਸੀ, ਤੇ ਇਹਨਾਂ ਨੂੰ ਅੱਗੇ ਵਾਸਤੇ ਮੈਂ ਲਾਈਫ ਲੌਂਗ ਇਹਨਾਂ ਨੂੰ ਤੰਦਰੁਸਤ ਕਿੱਦਾਂ ਰੱਖਣਾ। ਤੇ ਉਹ ਜਿਹੜੀ ਚੀਜ਼ ਜਿਸ ਨੂੰ ਦਿਮਾਗ 'ਚ ਆਉਂਦੀ ਹੈ, ਤੇ ਜਾਂ ਫਿਰ ਮੈਂ ਅੱਗੇ ਬੱਚਿਆਂ ਵਾਸਤੇ ਮੈਂ ਇਹ ਕਰਨਾ ਕਿ ਬੱਚੇ ਸਾਨੂੰ ਪਿਆਰੇ ਹੁੰਦੇ ਨੇ, ਜਿਹੜੇ ਪਤਾ ਲੱਗਦਾ ਕਿ ਇਹ ਚੀਜ਼ ਮੈਨੂੰ ਇੰਨਾ ਨੁਕਸਾਨ ਕਰਦੀ ਪਈ ਹੈ, ਤੇ ਇਹ ਬੱਚਿਆਂ ਨੂੰ ਵੀ ਤਾਂ ਇੰਨਾ ਨੁਕਸਾਨ ਕਰਦੀ ਹੋਏਗੀ। ਸੋ ਇੱਕ ਪੂਰੀ ਇੱਕ ਇੱਕ ਬੰਦੇ ਦੀ ਗੱਲ ਨਹੀਂ ਹੈ, ਪੂਰੀ ਫੈਮਿਲੀ ਦਾ ਹੀ ਜਿਹੜਾ ਸਿਸਟਮ ਹੈ ਉਹ ਸਹੀ ਹੋ ਜਾਂਦਾ ਹੈ। ਔਰ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਜੀ ਕਿਹਾ ਕਿ ਇਹ ਕਿੰਨੀ ਦੇਰ ਇਫੈਕਟ ਕਰਦਾ, ਇਹ ਪੂਰਾ ਉਹਨਾਂ ਦਾ ਲਾਈਫ ਸਟਾਈਲ ਹੈ, ਇੱਕ ਹੈਲਦੀ ਲਾਈਫ ਸਟਾਈਲ, ਮਤਲਬ ਇੱਕ ਡਾਇਰੈਕਸ਼ਨ ਹੈ ਮਿਲ ਜਾਂਦੀ ਉਹਨਾਂ ਨੂੰ, ਇੱਕ ਨਵੀਂ ਵਧੀਆ ਲਾਈਫ ਜੀਣੇ ਦੀ ਇੱਕ ਰਸਤਾ ਮਿਲ ਜਾਂਦਾ, ਇੱਕ ਨਵੀਂ ਉਮੀਦ ਮਿਲ ਜਾਂਦੀ ਕਿ ਮੈਂ ਵੀ ਸਿਹਤਮੰਦ ਹੋ ਸਕਣਾ, ਮੇਰੀ ਵੀ ਇੱਕ ਹੈਲਦੀ ਲਾਈਫ ਹੈ, ਇੱਕ ਮੇਰੀ ਇੱਕ ਨਵੀਂ ਮੈਨੂੰ ਇੱਕ ਲਾਈਫ ਮਿਲੀ ਹੈ ਜਿਹੜੀ ਕਿ ਖੁਸ਼ੀਆਂ ਦਾ ਭਰੀ ਦੀ ਹੈ, ਇੱਕ ਹੈਲਦੀ ਹੈ, ਔਰ ਦੂਸਰਾ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਜਿਹੜੀ ਮੈਂ ਪਿੱਛੇ ਬਿਮਾਰ ਹੋਇਆ ਸੀ ਜਾਂ ਮੇਰੀਆਂ ਬਿਮਾਰੀਆਂ 'ਚ ਫਸ ਗਿਆ ਸੀ, ਉਹ ਕਿਉਂ ਉਹ ਫਸ ਗਿਆ ਸੀ, ਕਿਹੜੇ ਕਿਹੜੇ ਕਾਰਨ ਸੀ, ਤੇ ਅੱਗੇ ਵਾਸਤੇ ਮੈਂ ਇਹ ਕੁਛ ਨਾ ਕਰਾਂ। ਫਿਰ ਜਿਸ ਵੇਲੇ ਉਹ ਚੀਜ਼ਾਂ 'ਚ ਜਿਹੜੇ ਜਾਣਕਾਰੀ ਮਿਲਦੀ ਹੈ ਨਾ, ਫਿਰ ਉਹ ਆਪਣੇ ਆਪ ਨੂੰ ਸਹੀ ਰਸਤੇ 'ਚ ਰੱਖਦਾ। ਤੇ ਕਾਫੀ ਜਿਹੜੇ ਮੈਂ ਅੰਮ੍ਰਿਤਸਰ ਪ੍ਰੋਗਰਾਮ 3 ਜਾਂ 4 ਸਾਲ ਪਹਿਲੇ ਜਿਹੜੇ ਜੁਆਇਨ ਕੀਤਾ ਸੀ, ਹੁਣ ਕਈ ਵਾਰੀ ਆਉਂਦੇ ਨੇ, ਤੇ ਉਹ ਦੱਸਦੇ ਨੇ ਕਿ ਅਸੀਂ ਜੋ ਕੁਛ ਤੁਸੀਂ ਸਾਨੂੰ ਸਿਖਾਇਆ ਸੀ, ਅੱਗੇ ਅਸੀਂ ਬੱਚਿਆਂ ਵਿੱਚ ਵੀ ਉਹ ਆਦਤਾਂ ਪਾਈਆਂ ਨੇ, ਬੱਚੇ ਵੀ ਹੁਣ ਸਾਡੇ ਹੁਣ ਹੈਲਦੀ ਰਹਿਣਾ ਸ਼ੁਰੂ ਕਰ ਦਿੱਤਾ ਹੈ, ਤੇ ਅਸੀਂ ਸਾਡੀ ਫੈਮਿਲੀ ਵਿੱਚ ਹੁਣ ਕਾਫੀ ਅੱਛਾ ਹੈ। ਇੱਕ ਲੇਡੀ ਮੈਨੂੰ ਕਹਿੰਦੀ ਸਾਡੇ ਜਦੋਂ ਅਸੀਂ ਪ੍ਰੋਗਰਾਮ ਜੁਆਇਨ ਕੀਤਾ, ਮੇਰੇ ਬੱਚੇ ਹੁਣ ਬਾਜ਼ਾਰ ਜਦੋਂ ਸ਼ਾਪਿੰਗ ਕਰਦੇ ਨੇ ਹਮੇਸ਼ਾ ਲੇਬਲ ਰੀਡ ਕਰਦੇ ਨੇ ਕਿ ਇਹ ਚੀਜ਼ ਖਰਾਬ ਹੈ, ਇਹਦੇ ਵਿੱਚ ਇਹਦੇ ਲੇਬਲਿੰਗ ਜਿਹੜੀ ਹੁੰਦੀ ਹੈ ਨਾ, ਆਰੇ ਚੀਜ਼ ਲਿਖੀ ਹੁੰਦੀ ਕਿਹੜੀ ਕਿਹੜੀ ਚੀਜ਼ ਪਾਈ ਹੈ, ਉਹ ਕਹਿੰਦੇ ਹਮੇਸ਼ਾ ਹੁਣ ਆਦਤ ਪੈ ਗਈ ਕਿ ਲੇਬਲਿੰਗ ਪੜ੍ਹ ਕੇ ਹੀ ਬਾਏ ਕਰਦੇ ਚੀਜ਼, ਇੱਦਾਂ ਨਹੀਂ ਕਰਦੇ। ਪਹਿਲੇ ਪਹਿਲੇ ਅਸੀਂ ਇੱਦਾਂ ਹੀ ਜੋ ਸਾਹਮਣੇ ਆਇਆ ਜੈਮ ਲੈ ਲਿਆ, ਜੋ ਵੀ ਕੈਚਅਪ ਲੈ ਲਿਆ, ਜੋ ਵੀ ਇਸ ਤਰ੍ਹਾਂ ਖਰੀਦ ਲੈਂਦੇ ਸੀ, ਪੌਪ ਲੈ ਲੈਂਦੇ, ਹੁਣ ਅਸੀਂ ਹਮੇਸ਼ਾ ਲੇਬਲ ਰੀਡ ਕਰਕੇ ਖਰੀਦਦੇ ਹਾਂ। ਤੋ ਇੱਕ ਕਿਸਮ ਦਾ ਇਹ ਐਟੀਟਿਊਡ ਜਿਹਾ ਬਣ ਜਾਂਦਾ ਕਿ ਮੈਂ ਕਿਸ ਤਰ੍ਹਾਂ ਦੀ ਸ਼ਾਪਿੰਗ ਕਰਨੀ ਹੈ, ਕਿਸ ਤਰ੍ਹਾਂ ਦੀ ਗਰੋਸਰੀ ਮੈਂ ਘਰ 'ਚ ਲਿਆਉਣੀ ਹੈ, ਕਿੱਦਾਂ ਮੈਂ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਡੇ ਟੂ ਡੇ, ਜਾਂ ਕਿੱਦਾਂ ਆਪਣੀ ਫੈਮਿਲੀ ਦਾ ਖਿਆਲ ਰੱਖਣਾ। ਜੀ ਸਰ, ਪ੍ਰੋਗਰਾਮ ਦਾ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ, ਕਿੱਦਾਂ ਲੱਗਦਾ ਵੀ ਜਿਸ ਤਰ੍ਹਾਂ ਸੁਣੀ ਜਾਂਦੇ ਭੁੱਲੀ ਜਾਂਦੇ ਹਾਂ ਵੀ ਟਾਈਮ ਕਿੰਨਾ ਹੋਣ ਵਾਲਾ ਹੋ ਗਿਆ। ਸੋ ਬਹੁਤ ਵਧੀਆ ਵੈਲਿਊਏਬਲ ਇਨਫੋਰਮੇਸ਼ਨ ਤੁਸੀਂ ਅੱਜ ਫਿਰ ਸਾਡੇ ਲਿਸਨਰਸ ਦੇ ਨਾਲ ਸ਼ੇਅਰ ਕੀਤੀ ਹੈ, ਤੇ ਹੋਰ ਕਿਉਂਕਿ ਟਾਈਮ ਆਲਮੋਸਟ ਸਮਾਪਤ ਹੋਣ ਲੱਗਾ, ਤੇ ਜਾਣੇ ਦਾ ਕੀ ਮੈਸੇਜ ਦੇਣਾ ਚਾਹੋਗੇ ਜਾਂ ਆਪਣੇ ਸੰਪਰਕ ਵੀ ਡਾਕਟਰ ਸਾਹਿਬ ਜ਼ਰੂਰ ਅਨਾਊਂਸ ਕਰ ਦੇਣਾ, ਫੋਨ ਨੰਬਰ ਮੈਂ ਅਨਾਊਂਸ ਕਰ ਦੇਣਾ 604-593-5030, ਤੇ ਡਾਕਟਰ ਸਾਹਿਬ ਜਿਹੜਾ ਕਲੀਨਿਕ ਦਾ ਐਡਰੈਸ ਹੈ ਡੈਲਟਾ ਦਾ ਉਹ, ਤੇ ਵੈਬਸਾਈਟ ਤੇ ਈਮੇਲ ਪਲੀਜ਼ ਜ਼ਰੂਰ ਅਨਾਊਂਸ ਕਰਕੇ ਜਾਇਓ ਜੀ ਜਾਣੇ ਜਾਂਦੇ। ਜੀ ਹਾਂਜੀ, ਤੁਹਾਨੂੰ ਸਰ ਸਾਡਾ ਅਸੀਂ ਵੈਨਕੂਵਰ ਦੇ ਨਾਲ ਹੀ ਇੱਕ ਸਿਟੀ ਹੈ ਡੈਲਟਾ, ਅਸੀਂ ਡੈਲਟਾ ਵਿੱਚ ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ, ਤੇ ਐਡਰੈਸ ਹੈ 203 ਯੂਨਿਟ ਹੈ 8425 ਸਕਾਟ ਰੋਡ ਡੈਲਟਾ BC ਵਿੱਚ ਹਾਂ ਅਸੀਂ, ਤੇ ਸਾਡੀ ਵੈਬਸਾਈਟ ਹੈ www.advancedgenomics.ca। ਸੋ ਗੂਗਲ ਵਿੱਚ ਵੀ ਅਗਰ ਐਡਵਾਂਸ ਜੀਨੋਮਿਕਸ ਲਿਖਦੇ ਹਾਂ ਤੇ ਸਾਈਟ ਆ ਜਾਂਦੀ ਹੈ ਟਾਪ ਉੱਪਰ, ਜਾਂ ਡਾਕਟਰ ਨਿਸ਼ਾ ਡੋਗਰਾ ਹੀ ਲਿਖਣਾ ਹੋ ਤਾਂ ਉੱਪਰ ਸਾਈਟ ਆ ਜਾਂਦੀਆਂ ਨੇ। ਸੋ ਸਾਨੂੰ ਕੰਟੈਕਟ, ਸਾਨੂੰ ਈਮੇਲ ਵੀ ਕਰ ਸਕਦੇ ਨੇ info@advancedgenomics.ca, ਤੇ ਫੋਨ ਤੇ ਹੈ ਹੀ ਹੈ 604-593-5030, 604-593-5030, ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਤੇ ਸਾਡਾ ਪੈਸਿਫਿਕ ਟਾਈਮ ਮਤਲਬ 8 AM ਤੋਂ ਲੈ ਕੇ 8 PM ਮੰਡੇ ਥਰੂ ਸੈਟਰਡੇ, ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਸੋ ਟਾਈਮ ਸਮਾਪਤ ਹੋ ਗਿਆ, ਸਟੂਡੀਓ ਦੀ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਆਲਰੇਡੀ। ਬਹੁਤ ਬਹੁਤ ਧੰਨਵਾਦ, ਧੰਨਵਾਦ ਨਿਸ਼ਾ ਡੋਗਰਾ ਜੀ, ਤੇ ਡਾਕਟਰ ਭਗਤ ਜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।
ਤੁਸੀਂ ਸੁਣ ਰਹੇ ਹੋ ਸਬਰਮ ਰੇਡੀਓ 94.7 FM ਸਬਰਮ ਰੇਡੀਓ ਨਵੀਂ ਤਰੰਗ।